ਜਿੰਨੇ ਵੀ ਅੱਜ ਤੋਂ ਪੰਜਾਬ ਸਰਕਾਰ ਦੇ ਪਰਿਵਾਰ ਦੇ ਮੈਂਬਰ ਬਣਨ ਜਾ ਰਹੇ ਮੁੰਡੇ ਕੁੜੀਆਂ, ਪੰਜਾਬ ਸਰਕਾਰ ਦਾ ਰੰਗਲੇ ਪੰਜਾਬ ਨੂੰ ਸਾਕਾਰ ਕਰਨ ਦਾ ਸੁਪਨਾ ਜਿਹੜਾ, ਉਹ ਸੁਪਨਿਆਂ ਦੀ ਪੂਰਤੀ ਲਈ ਜਿਹੜੀ ਟੀਮ ਬਣੀ ਹੈ ਉਹਦਾ ਹਿੱਸਾ ਤੁਸੀਂ ਬਣ ਰਹੇ ਹੋ। ਤੁਹਾਡੇ ਸਾਰੇ ਰਿਸ਼ਤੇਦਾਰ, ਮਾਂ ਬਾਪ, ਦੋਸਤ ਮਿੱਤਰ ਔਰ ਮੇਰੇ ਕੈਬਨਿਟ ਦੇ ਸਾਥੀ ਬ੍ਰਹਮ ਸ਼ੰਕਰ ਜਿੰਪਾ ਜੀ, ਜਿਹੜੇ ਕਿ ਰੈਵਨਿਊ ਡਿਪਾਰਟਮੈਂਟ ਦੇ ਵਿੱਚ, ਵਾਟਰ ਰਿਸੋਰਸ ਡਿਪਾਰਟਮੈਂਟ ਦੇ ਵਿੱਚ, ਅਤੇ ਨਾਲ ਨਿਊਲੀ ਅਪੁਆਇੰਟਡ ਲੋਕਲ ਬਾਡੀਜ਼ ਮਿਨਿਸਟਰ ਬਲਕਾਰ ਸਿੰਘ ਜੀ ਔਰ ਸਾਡੇ ਮਹਿਕਮੇ ਦੇ ਸੈਕਟਰੀ ਸਾਹਿਬਾਨ ਤਿਵਾੜੀ ਸਾਹਿਬ ਜੋ ਆਏ ਜੀ ਔਰ ਸਾਰੇ ਮਹਿਕਮਿਆਂ ਦੇ ਵੱਡੇ ਵੱਡੇ ਆਫਿਸਰ ਸਾਹਿਬਾਨ, ਬਹੁਤ ਬਹੁਤ ਧੰਨਵਾਦ। ਮੇਰਾ ਇਸ ਆਡੀਟੋਰੀਅਮ 'ਚ ਕੋਈ ਪਹਿਲਾ ਚੱਕਰ ਨਹੀਂ, ਹਫ਼ਤੇ 'ਚ ਲਗਭਗ ਇੱਕ ਦੀ ਐਵਰੇਜ ਇਸ ਆਡੀਟੋਰੀਅਮ 'ਚ ਆਉਣ ਦੀ ਹੈ ਔਰ ਉਹ ਵੀ ਤਾਂ ਹੈ ਕਿ ਸਰਕਾਰ ਦੀ ਨੀਅਤ ਅੱਛੀ ਹੈ, ਸਰਕਾਰ ਦੀ ਨੀਅਤ ਚੰਗੀ ਹੈ ਕਿ ਅਸੀਂ ਹੌਲੀ ਹੌਲੀ ਸਹੀ ਅੰਕੜੇ, ਛੋਟੇ ਛੋਟੇ ਸਹੀ ਅਸੀਂ ਸਰਕਾਰੀ ਨੌਕਰੀਆਂ ਦੇ ਨਿਯੁਕਤੀ ਪੱਤਰ ਦਿੰਦੇ ਰਹੀਏ ਤਾਂ ਕਿ ਬੂੰਦ ਬੂੰਦ ਨਾਲ, ਸਿਆਣੇ ਕਹਿੰਦੇ ਆ, ਸਮੁੰਦਰ ਭਰਦਾ। ਅੱਜ 419 ਚੁੱਲ੍ਹੇ, ਉਹਨਾਂ ਦੀ ਅੱਗ ਜਿਹੜੀ ਹੈ ਉਹ ਵਿਕਾਸ ਵੱਲ ਵਧੂਗੀ, ਉਸ ਘਰ ਦੀ ਕਬੀਲਦਾਰੀ ਲੀਹ 'ਤੇ ਆਊਗੀ। ਜਿਸ ਤਰ੍ਹਾਂ ਮੰਤਰੀ ਸਾਹਿਬ ਨੇ ਕਿਹਾ ਕਿ ਨੌਕਰੀ ਮਿਲਣ ਵਾਲਾ ਦਿਨ ਬਹੁਤ ਵੱਡਾ ਹੁੰਦਾ, ਸੋ ਤੁਹਾਡੀ ਮਿਹਨਤ, ਤੁਸੀਂ ਸਵੇਰੇ ਉੱਠ ਕੇ ਪੜ੍ਹਾਈਆਂ ਕੀਤੀਆਂ, ਮਿਹਨਤ ਕੀਤੀ, ਘਰ ਦੀਆਂ ਜ਼ਿੰਮੇਵਾਰੀਆਂ ਵੀ ਨਿਭਾਈਆਂ, ਨਾਲ ਨਾਲ ਕੰਪੀਟੀਸ਼ਨ ਬਹੁਤ ਹਾਰਡ ਅੱਜ ਕੱਲ੍ਹ ਹਰ ਫੀਲਡ ਦੇ ਵਿੱਚ, ਤੁਸੀਂ ਉਸ ਕੰਪੀਟੀਸ਼ਨ 'ਚੋਂ ਪਾਰ ਕੀਤਾ, ਕੰਪੀਟੀਸ਼ਨ 'ਚੋਂ ਪਾਸ ਕੀਤਾ ਅਤੇ ਅੱਜ ਤੁਸੀਂ ਇੱਥੇ ਬੈਠੇ ਹੋ। ਮੈਂ ਸਾਰਿਆਂ ਨੂੰ ਬਹੁਤ ਬਹੁਤ ਦਿਲੋਂ ਵਧਾਈਆਂ ਦੇਣਾ ਚਾਹੁੰਦਾ, ਤੈ ਦਿਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਅਤੇ ਮੁਬਾਰਕ। ਅੰਕੜੇ ਜਿਹੜੇ ਨੇ ਅੱਜ 419 ਨੇ, ਇਸ ਤੋਂ ਪਹਿਲਾਂ 642 ਸੀ, ਉਸ ਤੋਂ ਪਹਿਲਾਂ ਮੈਂ ਆਇਆ ਸੀ 270 ਸੀ, ਆਉਣ ਵਾਲੇ ਦਿਨਾਂ 'ਚ 161 ਨੇ ਸ਼ਾਇਦ ਬਿਜਲੀ ਬੋਰਡ 'ਚ। ਇਹ ਇੱਦਾਂ ਕਿਉਂ ਨਹੀਂ ਕਦੇ ਸੋਚਿਆ? ਮੈਂ ਇਕੱਠਿਆਂ ਨੂੰ ਕਿਉਂ ਨਹੀਂ ਅਨਾਊਂਸ ਕਰਦਾ ਕਿ ਲਓ ਜੀ 10,000 ਨੌਕਰੀ? ਇਹਦਾ ਇੱਕ ਕਾਰਨ, ਇਹਦਾ ਕਾਰਨ ਇਹ ਹੈ ਕਿ ਅਸੀਂ ਤੋਂ ਪਹਿਲਾਂ ਵਾਲੀਆਂ ਸਰਕਾਰਾਂ ਵਾਂਗੂ ਹਨੇਰੇ 'ਚ ਤੀਰ ਨਹੀਂ ਮਾਰਦੇ, ਅਸੀਂ ਇਤੋਂ ਪਹਿਲਾਂ ਵਾਲਿਆਂ ਵਾਂਗੂ ਵੋਟਾਂ ਵਾਲੇ ਆਖਰੀ ਸਾਲ 'ਚ ਚੱਕ ਕੇ ਨੌਕਰੀਆਂ ਵੰਡ ਦਿਓ, ਬਾਅਦ 'ਚ ਦੇਖੀ ਜਾਊਗੀ, ਕੋਈ ਕੋਰਟ ਕੋਰਟ ਚਲਾ ਜਾਓ ਦੇਖਾਂਗੇ, ਬਾਅਦ 'ਚ ਦੇਖਾਂਗੇ, ਕੋਰਟ ਦੇ ਨਾਂ ਲਾ ਦਿਆਂਗੇ ਕਿ ਅਸੀਂ ਤਾਂ ਦੇ ਦਿੱਤੀਆਂ ਸੀ ਜੀ, ਦੇਖੋ ਸਾਡੀ ਨੀਂਹ 'ਚ ਕੋਈ ਖਰਾਬੀ ਨਹੀਂ, ਇਹ ਤਾਂ ਕੋਰਟ ਨੇ ਰੋਕ ਲਿਆ। ਹੁਣ ਅਸੀਂ ਪਹਿਲੇ ਸਾਲ ਹੀ ਇਹ ਕਿਉਂ ਕਰ ਰਹੇ ਹਾਂ? ਅੱਜ ਅੰਕੜਾ ਜਿਹੜਾ 29,800 ਦੇ ਨੇੜੇ ਤੇੜੇ ਪਹੁੰਚ ਗਿਆ। ਅੱਜ ਟੋਟਲ ਨਿਯੁਕਤੀ ਪੱਤਰ ਜਿਹੜੇ ਜਿਹੜੇ ਇੱਥੋਂ ਨਿਯੁਕਤੀ ਪੱਤਰ ਲੈ ਕੇ ਗਏ ਨੇ ਉਹ ਸਿੱਧੇ ਆਪਣੇ ਦਫ਼ਤਰਾਂ ਦੇ ਵਿੱਚ ਕੁਰਸੀਆਂ 'ਤੇ ਕੰਮ ਕਰ ਰਹੇ ਨੇ, ਕਿਸੇ ਨੂੰ ਕੋਰਟ ਕਚਹਿਰੀ ਦਾ ਚੱਕਰ ਨਹੀਂ ਲਾਉਣਾ ਪੈ ਰਿਹਾ, ਕਿਉਂਕਿ ਕੋਰਟ ਕਚਹਿਰੀਆਂ ਦੇ ਸਾਰੇ ਚੱਕਰ, ਸਾਰੀਆਂ ਅੜਚਣਾਂ ਅਸੀਂ ਕਲੀਅਰ ਕਰਕੇ ਤੁਹਾਨੂੰ ਨਿਯੁਕਤੀ ਪੱਤਰ ਦਿੰਦੇ ਹਾਂ। ਇਸੇ ਕਰਕੇ ਅੰਕੜੇ ਛੋਟੇ ਨੇ ਕਿ ਚਲੋ ਜਿੰਨੇ ਕਲੀਅਰ ਹੋ ਗਏ ਉਹਨੇ ਤਾਂ ਕੱਢੀਏ, ਕਿ ਜਿੰਨੇ ਆਰਥਿਕਤਾ ਹੈ ਸਾਡੇ ਘਰ ਜਿਹੜੇ ਨੇ ਉਹ ਆਰਥਿਕਤਾ ਦੀ ਤੰਗੀ 'ਚ ਨੇ, ਆਰਥਿਕਤਾ ਦੀ ਇੱਕ ਸਮਝੋ ਨਹਿਰ ਜਾਂਦੀ ਹੈ ਤੰਗੀ ਵਾਲੀ, ਉਹ 'ਚ ਡੁੱਬੇ ਹੋਏ ਬਹੁਤ ਨੇ, ਕੁਛ ਤਰਦੇ ਨੇ, ਤਾਂ ਸਰਕਾਰਾਂ ਦਾ ਕੰਮ ਹੈ ਕਿ ਉਸ ਨਹਿਰ 'ਚੋਂ, ਆਰਥਿਕਤਾ ਦੀ ਡੁੱਬਦੀ ਨਹਿਰ 'ਚੋਂ ਕੱਢਿਆ ਜਾਵੇ ਆਪਣੇ ਨਾਗਰਿਕਾਂ ਨੂੰ। ਤਾਂ ਫਿਰ ਇਹ ਨਹੀਂ ਦੇਖਿਆ ਜਾਂਦਾ ਕਿ ਆਪਾਂ ਉਹ ਅਗਲੇ ਪੁਲ 'ਤੇ ਜਾ ਕੇ ਵੱਡਾ ਜਾਣ ਲਾ ਕੇ ਫਿਰ ਇਹਨਾਂ ਨੂੰ ਕੱਢ ਲਾਂਗੇ, ਹੋ ਸਕਦਾ ਅਗਲੇ ਪੁਲ ਤੱਕ ਅਸੀਂ ਪਹੁੰਚਣੀ ਨਾ। ਇਸ ਕਰਕੇ ਜਿੱਥੇ ਜੇ ਟਾਈਮ ਮਿਲਦਾ ਉੱਥੇ ਜੀ ਰੱਸਾ ਸੁੱਟ ਦਿਉ, ਜੇ ਪੱਗ ਹੈ ਤਾਂ ਪੱਗ ਸੁੱਟ ਦਿਉ, ਜੋ ਮਰਜ਼ੀ ਸੁੱਟ ਦਿਉ, ਕੱਢੋ ਜਿੰਨੇ ਨਿਕਲ ਸਕਦੇ ਨੇ ਉਸ ਆਰਥਿਕਤਾ 'ਚ ਡੁੱਬਦੀ ਜਾਂਦੀ ਨਹਿਰ ਦੇ ਵਿੱਚ। ਸੋ ਅੱਜ 419 ਨੇ, ਕੱਲ੍ਹ ਨੂੰ 161 ਹੋਣਗੇ, ਫਿਰ 511 ਵੀ ਹੋਣਗੇ, ਇਹ ਕਰ ਕਰਕੇ ਅਸੀਂ ਅੱਜ ਸਵਾ ਸਾਲ 'ਚ ਅਸੀਂ 30,000 ਦੇ ਨੇੜੇ ਤੇੜੇ ਪਹੁੰਚ ਗਏ ਔਰ 30,000 ਚੋਂ ਇੱਕ ਬੰਦੇ 'ਤੇ ਵੀ ਕੋਈ PIL ਨਹੀਂ ਪਈ ਕੋਰਟ ਦੇ ਵਿੱਚ ਕਿ ਉਹਨਾਂ ਨੂੰ ਵਕੀਲ ਕਰਨੇ ਪੈਣ ਮਹਿੰਗੇ,
ਜਾਂ ਉਹਨਾਂ ਨੂੰ ਨੌਕਰੀ ਕਰਨ ਤੋਂ ਰੋਕਿਆ ਜਾਵੇ। ਆਹ ਫਰਕ ਹੈ ਜੀ ਬਸ। ਇਸੇ ਕਰਕੇ ਦੇਰੀ ਵੀ ਹੋ ਗਈ ਹੋਣੀ, ਸ਼ਾਇਦ ਤੁਸੀਂ ਵੀ ਸੋਚ ਰਹੇ ਹੋਵੋਗੇ ਧਰਨਾ ਲਾਈਏ ਕਿਤੇ, ਹੈ ਨਾ। ਇਹ ਤਾਂ ਆਪਣੇ ਆਉਂਦਾ ਦਿਮਾਗ 'ਚ ਪਹਿਲਾਂ। ਟੈਂਕੀ ਟੂੰਕੀ ਵੀ ਦੇਖ ਲੈਂਦੇ ਹੁੰਦੇ ਆਪਾਂ ਵੀ, ਆਹ ਵੀ ਠੀਕ ਹੈ ਟੈਂਕੀ ਦਾ। ਸਰ ਅਸੀਂ, ਮੈਂ ਤੁਹਾਨੂੰ ਵਾਅਦਾ ਕੀਤਾ ਹੋਇਆ, ਮੈਂ ਵੀ ਤੁਹਾਡੇ 'ਚੋਂ ਨਿਕਲਿਆ ਹੋਇਆ, ਮੈਂ ਖੁਦ ਇੱਕ ਸਰਕਾਰੀ ਟੀਚਰ ਦਾ ਬੇਟਾ, ਮੈਨੂੰ ਇਹ ਪਤਾ ਇਸ ਗੱਲ ਦਾ ਕਿ ਜਦੋਂ ਪੇਪਰ ਦੇ ਚੁੱਕੇ ਹੋਈਏ, ਮੈਰਿਟ ਵੀ ਆ ਗਈ ਹੋਵੇ, ਫਿਰ ਨੌਕਰੀਆਂ ਨਾ ਮਿਲਣ, ਫਿਰ ਸ਼ੱਕ ਪੈਣਾ ਲਾਜ਼ਮੀ ਹੈ ਕਿ ਸ਼ਾਇਦ ਕੋਈ ਸਿਫਾਰਿਸ਼ ਹੀ ਰੱਖਣਗੇ, ਤਾਂ ਸ਼ਾਇਦ ਜਿਹਨਾਂ ਕੋਲ ਪੈਸੇ ਨੇ ਉਹ ਰੱਖੇ ਜਾਣਗੇ, ਜਾਂ ਜਿਹਨਾਂ ਦੀ ਕੋਈ ਪਹੁੰਚ ਉਹ ਰੱਖੇ ਜਾਣਗੇ। ਪਰ ਇਹ ਜਿਹੜੀ ਸਰਕਾਰ ਹੈ, ਇਹ ਤੁਹਾਡੀ ਆਪਣੀ ਸਰਕਾਰ ਹੈ। ਇੱਥੇ ਤੁਹਾਡਾ ਆਪਣਾ ਪੁੱਤ, ਭਤੀਜਾ, ਭਰਾ, ਛੋਟਾ ਵੱਡਾ ਭਾਈ ਭਗਵੰਤ ਮਾਨ ਬੈਠਾ। ਇੱਥੇ ਕੋਈ ਸਿਫਾਰਿਸ਼ ਨਹੀਂ ਚੱਲੂਗੀ, ਕੋਈ ਪੈਸਾ ਨਹੀਂ ਚੱਲੂਗਾ। ਤੁਸੀਂ ਹੱਥ ਖੜਾ ਕਰਕੇ ਦੱਸ ਦਿਓ ਜੇ ਤੁਹਾਡੇ ਤੋਂ ਕਿਸੇ ਨੇ ਕੋਈ ਪੈਸਾ ਮੰਗਿਆ ਹੋਵੇ, ਜਾਂ ਕੋਈ ਤੁਹਾਨੂੰ ਕੋਈ MLA ਤੱਕ ਪਹੁੰਚ ਕਰਨੀ ਪਈ ਹੋਵੇ, ਯਾਰ ਮੇਰਾ ਨਾਮ ਵਿੱਚ ਪਵਾ ਦੇ। ਨਹੀਂ ਹੋਇਆ ਨਾ, ਕਿਸੇ ਪਾਸੇ ਵੀ ਨਹੀਂ ਹੋਇਆ। ਇਹ ਵੀ ਹੈ, ਇੱਕ ਮੈਂ ਫੰਕਸ਼ਨ 'ਤੇ ਗਿਆ, ਉੱਥੇ ਮੈਂ ਇਹੀ ਕਿਹਾ ਕਿ ਇੱਦਾਂ ਸਰਕਾਰੀ ਨੌਕਰੀ ਜਿਹੜੀ ਹੈ ਮਿਲਦੀ ਰਹੂਗੀ। ਔਰ ਇਹ ਵੀ ਮੈਂ ਤੁਹਾਨੂੰ ਕਹਿਣਾ, ਜਿਹੜੀ ਅੱਜ ਨੌਕਰੀ ਮਿਲ ਰਹੀ ਹੈ, 187 IT ਕਲਰਕ ਨੇ, 214 ਕਲਰਕ ਨੇ ਜਨਰਲ, ਅਤੇ 18 ਜਿਹੜੇ ਨੇ ਵਾਟਰ ਸਪਲਾਈ 'ਚ ਜੂਨੀਅਰ ਇੰਜੀਨੀਅਰ ਨੇ। ਇਹ ਤੁਹਾਡੀ ਆਖਰੀ ਨੌਕਰੀ ਨਹੀਂ ਹੋਣੀ ਚਾਹੀਦੀ ਕਿ ਬਸ ਜੀ ਹੁਣ ਤਾਂ ਜੂਨੀਅਰ ਇੰਜੀਨੀਅਰ ਬਣ ਗਏ, ਬਾਜੀ ਕਲਰਕ ਲੱਗ ਗਏ ਹੁਣ ਬਸ। ਨਾ, ਤੁਹਾਡੇ ਕੋਲ ਬਹੁਤ ਮੌਕੇ ਆਉਣਗੇ, ਹੁਣ ਵਧੀਆ ਮੌਕੇ ਆਉਣਗੇ ਕਿ ਤੁਸੀਂ ਨਾਲ ਨਾਲ ਪੜ੍ਹਾਈ ਕਰੋ, ਨਾਲ ਨਾਲ ਜੋਬ ਵੀ ਕਰੋ, ਜੋਬ ਕਰਕੇ ਪੜ੍ਹਾਈ ਕਰਦੇ ਰਹੋ। ਬਹੁਤ ਸਾਰੇ ਕਲਰਕ, ਬਹੁਤ ਸਾਰੇ ਜੂਨੀਅਰ ਇੰਜੀਨੀਅਰ IPS ਵੀ ਕਲੀਅਰ ਕਰ ਗਏ, IAS ਅਫਸਰ ਵੀ ਬਣ ਗਏ। ਇਸ ਕਰਕੇ ਮੌਕਾ ਹੁਣ ਜ਼ਿਆਦਾ ਵਧੀਆ ਮਿਲ ਗਿਆ। ਹੁਣ ਸਭ ਤੋਂ ਵੱਡੀ ਗੱਲ ਹੋਜੂਗੀ, ਆਰਥਿਕ ਤੰਗੀ ਖਤਮ ਹੋਜੂਗੀ, ਘਰਦਿਆਂ 'ਤੇ ਡਿਪੈਂਡੈਂਟ ਨਹੀਂ ਰਹਿਣਾ ਪੈਣਾ। ਤੁਸੀਂ ਆਪ ਹੀ ਪੈਸੇ ਕਮਾ ਰਹੇ ਹੋ, ਉਸੇ 'ਚੋਂ ਕਿਤਾਬਾਂ ਲੈ ਕੇ ਤੁਸੀਂ ਪੜ੍ਹ ਰਹੇ ਹੋ। ਤਾਂ ਇਹਦੀ ਐਗਜ਼ਾਮਪਲ ਮੈਂ ਦੇ ਦੇਣਾ ਤੁਹਾਨੂੰ। ਮੈਂ ਇੱਕ ਫੰਕਸ਼ਨ 'ਤੇ ਇੱਦਾਂ ਹੀ, ਉਹ ਟੈਗੋਰ ਥੀਏਟਰ ਸੀ ਫੰਕਸ਼ਨ, ਬਿਜਲੀ ਬੋਰਡ ਦੇ ਵਿੱਚ 1200-1300 ਅਸਿਸਟੈਂਟ ਲਾਈਨਮੈਨ ਰੱਖਣੇ ਸੀ, ਕੁਛ ਜਿਹੜੇ ਸੀ SDO ਰੱਖਣੇ ਸੀ। ਤਾਂ ਇੱਕ ਨਿਯੁਕਤੀ ਪੱਤਰ, ਜਿਵੇਂ ਅੱਜ ਵੀ ਦੇਵਾਂਗੇ, ਨਿਯੁਕਤੀ ਪੱਤਰ ਦੇਣ ਵਾਸਤੇ ਮੇਰੇ ਕੋਲ ਆਇਆ, ਅਤੇ ਮੈਨੂੰ ਕਹਿੰਦਾ, ਜੀ ਬਹੁਤ ਬਹੁਤ ਮਿਹਰਬਾਨੀ, ਮੁੰਡਾ ਇੱਕ ਕਹਿੰਦਾ ਮੇਰੀ ਇਸੇ ਸਾਲ 'ਚ ਤੀਜੀ ਨੌਕਰੀ ਹੈ ਸਰਕਾਰੀ, ਤਿੰਨੇ ਵਾਰੀ ਕਹਿੰਦਾ ਤੁਹਾਡੇ ਤੋਂ ਲੈ ਲਿਆ ਕਹਿੰਦਾ ਮੈਂ ਇਹ ਨਿਯੁਕਤੀ ਪੱਤਰ। ਮੈਂ ਕਿਹਾ ਯਾਰ ਕਿਤੇ ਕੋਈ ਸਿਫਾਰਿਸ਼ ਨਾ ਇਹਦੀ ਹੋਵੇ, ਤਿੰਨ ਵਾਰੀ ਨੌਕਰੀ ਇੱਕੋ ਸਾਲ 'ਚ ਕਿਵੇਂ? ਮੈਂ ਅਫਸਰਾਂ ਨੂੰ ਪੁੱਛਿਆ, ਉਹ ਕਹਿੰਦੇ ਬਿਲਕੁਲ ਸਹੀ, ਕਹਿੰਦਾ ਜੀ ਪਹਿਲਾਂ ਇਹ ਕਲਰਕ ਵਾਸਤੇ ਭਰਤੀ ਪਿਆ ਸੀ, ਉਦੋਂ ਵੀ ਤੁਸੀਂ ਨੌਕਰੀ ਦਿੱਤੀ ਸੀ, ਫਿਰ ਇਹਨੇ ਪੜ੍ਹ ਕੇ ਜੀ ਹੈੱਡ ਕਲਰਕ ਦਾ ਜਿਹੜਾ ਐਗਜ਼ਾਮ ਦਿੱਤਾ ਉਹਦੇ 'ਚ ਵੀ ਮੈਰਿਟ 'ਚ ਆ ਗਿਆ ਜੀ, ਫਿਰ ਇਹਨੇ ਉਹ ਛੱਡਤੀ ਕਲਰਕ ਵਾਲੀ ਹੈੱਡ ਕਲਰਕ 'ਤੇ ਆ ਗਿਆ ਜੀ, ਫਿਰ ਇਹਨੇ SDO ਵਾਲਾ ਦਿੱਤਾ ਜੀ, ਅੱਜ SDO ਵਾਲਾ ਵੀ ਪਾਸ ਕਰ ਗਿਆ ਜੀ, ਅਤੇ ਅੱਜ ਇਹ SDO ਬਣ ਗਿਆ। ਇੱਕ ਸਾਲ 'ਚ ਤੀਜੀ ਨੌਕਰੀ, ਕਿੱਥੇ 70 ਸਾਲ ਸਾਨੂੰ ਇੱਕ ਚਾਂਸ ਵੀ ਨਹੀਂ ਮਿਲਦਾ ਸੀ, ਹੁਣ ਇੱਕ ਸਾਲ ਸਾਨੂੰ 3-3 ਚਾਂਸ ਮਿਲ ਰਹੇ ਨੇ ਕਿ ਤੁਹਾਡੀ ਮਿਹਨਤ ਆ। ਦੇਖੋ ਰਨਵੇ ਜਿਹੜਾ ਉਹ ਜਹਾਜ਼ ਨੂੰ ਉਡਾਉਂਦਾ ਨਹੀਂ ਹੁੰਦਾ, ਜਿਹੜਾ ਰਨਵੇ ਹੈ ਉਹ ਜਹਾਜ਼ ਨੂੰ ਉਡਾਉਂਦਾ ਨਹੀਂ ਕਦੇ ਵੀ, ਉਹ ਜਹਾਜ਼ ਨੂੰ ਉੱਡਣ ਦਾ ਮੌਕਾ ਦਿੰਦਾ। ਅੱਗੇ ਜਹਾਜ਼ ਦੇ ਇੰਜਣਾਂ 'ਤੇ ਡਿਪੈਂਡ ਕਰਦਾ ਵੀ ਉਹ 20 ਮਿੰਟਾਂ ਬਾਅਦ ਇੱਥੋਂ ਦਿੱਲੀ ਉਤਰਦਾ ਜਾਂ ਫਿਰ ਦਿੱਲੀ ਤੋਂ 14.5 ਘੰਟਿਆਂ ਬਾਅਦ ਸਨ ਫਰਾਂਸਿਸਕੋ ਉਤਰਦਾ। ਇਹ ਤਾਂ ਉਹਦੇ 'ਚ ਇੰਜਣ ਨੇ, ਰਨਵੇ ਨੇ ਮੌਕਾ ਸੇਮ ਦੇਤਾ, ਅੱਧੇ ਘੰਟੇ ਵਾਲੇ ਨੂੰ ਵੀ ਉਹੀ ਮੌਕਾ ਦਿੱਤਾ, 14 ਘੰਟੇ ਵਾਲੇ ਨੂੰ ਵੀ ਉਹੀ ਮੌਕਾ ਦਿੱਤਾ। ਸੋ ਸਾਡਾ ਸਰਕਾਰ ਦਾ ਕੰਮ ਹੈ ਰਨਵੇ ਬਣਨਾ, ਤੁਹਾਨੂੰ ਮੌਕੇ ਦੇਣੇ, ਅੱਗੇ ਉੱਡਣਾ ਕਿੰਨੀ ਉੱਚੀ ਹੈ, ਅੱਗੇ ਉਡਾਰੀਆਂ ਕਿੰਨੀਆਂ ਮਾਰਨੀਆਂ ਨੇ, ਇਹ ਤੁਹਾਡਾ ਕੰਮ ਹੈ, ਤੁਹਾਡੀ ਮਿਹਨਤ ਹੈ। ਤੁਸੀਂ ਕਿਸਮਤ 'ਤੇ ਨਾ ਰਹੋ, ਕਿਸਮਤ ਕਦੇ ਵੀ ਕੁੰਡਾ ਨਹੀਂ ਖੜਕਾਉਂਦੀ ਹੁੰਦੀ ਆ ਵੀ ਮੈਂ ਆ ਗਈ। ਕਿਸਮਤ ਜਿਹੜੀ ਹੈ ਉਹ ਤੁਸੀਂ ਆਪ ਲਿਖਦੇ ਹੋ, ਜਦੋਂ ਤੁਸੀਂ ਮਿਹਨਤ ਕਰ ਰਹੇ ਹੁੰਦੇ ਹੋ, ਜਦੋਂ ਤੁਸੀਂ ਕੋਈ ਸਿੱਖ ਰਹੇ ਹੁੰਦੇ ਹੋ, ਜਦੋਂ ਤੁਸੀਂ ਐਗਜ਼ਾਮ 'ਚ ਬੈਠੇ ਕੋਨਫੀਡੈਂਸ ਨਾਲ ਐਗਜ਼ਾਮ ਦੇ ਰਹੇ ਹੁੰਦੇ ਹੋ, ਉਸ ਵੇਲੇ ਤੁਸੀਂ ਉਹ ਪੇਪਰ ਨਹੀਂ ਲਿਖ ਰਹੇ ਹੁੰਦੇ, ਤੁਸੀਂ ਆਪਣੀ ਕਿਸਮਤ ਲਿਖ ਰਹੇ ਹੁੰਦੇ ਹੋ। ਔਰ ਤੁਸੀਂ ਆਪਣੀ ਕਿਸਮਤ ਆਪ ਲਿਖੀ ਹੈ, ਕੋਈ ਤੁਹਾਡਾ ਭਾਗੇ ਵਧਾਤਾ ਨਹੀਂ। ਕੋਈ ਵੱਡਾ ਕਵੇ ਮੈਂ ਤੁਹਾਨੂੰ ਨੌਕਰੀ ਦੇ ਤੀ, ਮੈਂ ਕੌਣ ਆ ਨੌਕਰੀ ਦੇਣ ਵਾਲਾ ਜੀ, ਮੈਂ ਤਾਂ ਤੁਹਾਨੂੰ ਮੌਕਾ ਦਿੱਤਾ। ਹਾਂ, ਟਾਈਮ 'ਤੇ ਮੌਕਾ ਮਿਲ ਜੇ ਹੋਰ ਵਧੀਆ, ਉੱਡਣ ਦਾ ਮੌਕਾ ਮਿਲ ਜਾਂਦਾ,
होर पढ़न दा होर अगे तरक्की करन दा। मैनू उम्मीद है तुहाडे चो सारे जिहड़े ने उह जदों आउण वाले दिनां दे विच वड्डे वड्डे होर नियुक्ति पत्र वंडे जाणगे उहनां चो वी तुहाडे तुहाडे चो वी बहुत सारे होणगे ते मैनू दस जरूर दिओ कि मैं पहलां वी नियुक्ति पत्र लै चुक्किआ जी। सो इह खुशी की गल हुंदी आ। अज बहुत सारिया मावां ने अपने धियां नूं अपने पुत्तां नूं सवेरे खंड वाला दही खवा के भेजा होना कि पुत जा धीए जा नौकरी लेके आ अपने घर की कबीलदारी ली तो आ जाऊगी आप आ करांगे आप वो करांगे। बहुत सारे सुपने ने सो अज सुपने जिहड़े ने साकार होणगे मेरे वल्लों तुहाडियां घरें बैठिया मावां नूं बापूआं नूं भरावां नूं भैणां नूं मेरे वल्लों सारिआं नूं सत श्री अकाल ते नमस्ते ते नाल नाल मेरे वल्लों बहुत सारिया उन्हां लई दुआवां कि वो सबर भी रख्या और अज उन्हां दे घरां दे विच जिहड़े दीवे ने वो तरक्की दे बढ़नगे। सो बाकी कम कम हुंदा है, कम दे विच कोई छोटा वड्डा नहीं हुंदा कि मैं तां हाँ वो वड्डा है। वर्क कल्चर जे अपने माइंड च आ जाए तो फिर ये वर्गे कोई रीस नहीं। तुसीं अमरीका कनेडा च बहुत सारे थोड़े दोस्त मित्र होणगे रिश्तेदार भी होणगे वो भी हुण इदां ही कहिंदे ने परों पुछ लिओ उहनां तों वो जदों भी कहिंदे ने मैं उदों काम ते गया होया सी मैं बस हुणी काम तों आया। कदी ये नहीं दसदे वो काम की करदे। काम मतलब वर्क है जॉब है। उत्थे उत्थे बिल गेट्स दुनिया का सब तो अमीर बंदा माइक्रोसॉफ्ट का मालिक जदों वो जांदा ऑफिस वो भी यही कहिंदा मैं काम ते चलिया। तो जदों कोई गारबेज उठाउण वाले ट्रक नूं चलाउंदा जिहड़ा बंदा जदों वो जांदा वो भी यही कहिंदा मैं काम ते चलिया। सो उत्थे काम च कोई फर्क नहीं है। ये अपने थोड़ा जिहा बाबू कल्चर हैगा कि वो साडा बॉस है बॉस कुछ भी नहीं करता कला झिड़कदा है ना उहनूं ऐ लगदा जे मैं ना झिड़किया मैं बॉस नहीं रहना। इदां ही हुंदा ना भी जे दो चार झिड़का ना मारियां तां फिर मैं बॉस कहदा फिर। सो वो कल्चर जिहड़ा आपां खत्म करिए। दफ्तरां च भी मित्रता वाला माहौल होवे दफ्तरां दे विच भी अपने बॉस नाल भी तुसीं सहज तरीके नाल गल कर सको ना कि डर के यस सर कह के ही काम सरे। तुहाडे कोल सुझाव भी होणगे बहुत सारे अपने अपने महकमे नूं अगे होर वधिया तरीके नाल लोकां तक पहुँचाउण लई तां सानूं जरूर दस्सिओ तुहाडे क्योंकि नवीं पार्टी है साडी भी यंग पार्टी है और यूथ कोल बहुत सारे आइडियाज़ ने नवें नवें आइडियाज़ ने तुसीं साडे नाल शेयर करो पर सरकार जिहड़ी उह लागू करेगी तां तुहानूं भी लगेगा कि साडे आइडियाज़ भी सरकार लागू करदी है साडा भी सरकार च हिस्सा है। सो सरकार तुहाडी है पब्लिक दी है। मैं तो यही कहूँगा कि जिते भी जॉब मिलेगी तुहाडे किसी भी किए हुए साइन नाल कोई पता नहीं कि किहड़े घर की जिहड़ी कबीलदारी ली तो चढ़ जाए किहड़े घर च खुशियां आ जाण। इस करके कोई फाइल इहो जी ना होवे जिहड़ी सिर्फ इसे करके रुकी पई है कि तुसीं साइन नहीं किए जस फाइल अगे नहीं पहुँचाई तुसीं साइन तो करते पर जिहदा अगे साइन करने ने उस तक नहीं पहुँचाई क्योंकि उन्हां फाइलों च बहुत सारिया जवानियां जिहड़ियां वह रुड़कियां उन्हां फाइलों च बहुत सारे सुपने मर गए उन्हां फाइलों चो हुण आपां खोल के उन्होंने झाड़ के मिट्टी उन्होंने आपां नवें सुपने जिहड़े ने सिरजणे ने। साढ़े बजुर्ग मतलब चिट्टियां दाड़ियां हो गई सरकारी दफ्तर के गेड़े मार देंदियां बुधवार को आयो जी वीरवार को आयो जी वो बुधवार से वीरवार कदे आए ही नहीं बुधवार वीरवार जाके देखा फिर कहने अगले बुधवार को आयो जी